Hey guys, subscribe and press the bell icon to never miss a video from Gabru. ਸਾਡੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਹਰ ਵਾਰ ਆਡੀਅנס ਨੂੰ ਆਪਣੇ ਫੇਵਰਿਟ ਸਿੰਗਰ ਦੇ ਗਾਣੇ ਦੀ ਉਡੀਕ ਰਹਿੰਦੀ ਹੈ ਤੇ ਇਨ੍ਹਾਂ ਹੀ ਸਿੰਗਰ ਦੇ ਵਿੱਚੋਂ ਨਾਮ ਆਉਂਦਾ ਹੈ ਉਹਨਾਂ ਦਾ ਜਿਨ੍ਹਾਂ ਨੇ ਹਰ ਵਾਰ ਆਪਣੇ ਗਾਣੇ ਦੇ ਨਾਲ ਆਡੀਅנס ਦਾ ਦਿਲ ਵੀ ਜਿੱਤਿਆ ਹੈ ਜੀ ਉਹਨੇ ਇੰਦਰ ਚਾਹਲ ਜਿਨ੍ਹਾਂ ਨੇ ਫੋਲੋ ਗਾਣੇ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਐਂਟਰੀ ਵੀ ਕੀਤੀ ਤੇ ਉਸ ਤੋਂ ਬਾਅਦ ਕਾਫੀ ਗਾਣੇ ਰਿਲੀਜ਼ ਕੀਤੇ ਜਿਨ੍ਹਾਂ ਵਿੱਚੋਂ ਨਾਮ ਆਉਂਦਾ ਹੈ ਸੂਟ ਗੁਲਾਬੀ ਗੇੜੀ ਟੁੱਟੀ ਯਾਰੀ ਤੇ ਹੋਰ ਵੀ ਕਈ ਗਾਣਿਆਂ ਦਾ ਐਂਡ ਰੀਸੈਂਟ ਗਾਣੇ ਦੀ ਅਗਰ ਗੱਲ ਕਰੀ ਤਾਂ ਗੋਰਾ ਰੰਗ ਗਾਣਾ ਰਿਲੀਜ਼ ਹੋਇਆ ਸੀ ਇੰਦਰ ਚਾਹਲ ਦੀ ਆਵਾਜ਼ ਦੇ ਵਿੱਚ ਜਿਹਦੇ YouTube ਦੇ ਉੱਤੇ 15 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਹੋ ਗਏ ਨੇ ਸੋ ਇਹਨਾਂ ਵਧੀਆ-ਵਧੀਆ ਗਾਣਿਆਂ ਕਰਕੇ ਹੀ ਆਡੀਅנס ਨੂੰ ਹਰ ਵਾਰ ਉਡੀਕ ਰਹਿੰਦੀ ਹੈ ਕਿ ਇੰਦਰ ਚਾਹਲ ਜਲਦ ਹੀ ਆਪਣਾ ਨਵਾਂ ਗਾਣਾ ਸਾਡੇ ਸਾਰਿਆਂ ਅੱਗੇ ਲੈ ਕੇ ਆਉਣ ਤੇ ਥੋੜੇ ਦਿਨ ਪਹਿਲਾਂ ਹੀ ਇੰਦਰ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਉੱਤੇ ਆਪਣੇ ਨਵੇਂ ਗਾਣੇ ਬਾਰੇ ਕੁਝ ਅਪਡੇਟ ਵੀ ਸ਼ੇਅਰ ਕੀਤੀ ਸੀ ਚੈੱਕ ਕਰੋ ਇਹਨਾਂ ਪੋਸਟਾਂ ਨੂੰ ਤੇ ਹੁਣ ਤੁਹਾਨੂੰ ਦੱਸ ਦਵਾਂ ਕਿ ਉਹ ਟਾਈਮ ਵੀ ਆ ਚੁੱਕਿਆ ਹੈ ਜੀ ਬਿਲਕੁਲ ਇੰਦਰ ਚਾਹਲ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਵੀ ਸਾਡੇ ਸਾਰਿਆਂ ਦੇ ਨਾਲ ਸ਼ੇਅਰ ਕਰ ਦਿੱਤਾ ਹੈ ਜਿਸ ਦਾ ਨਾਮ ਹੈ ਗੱਲ ਕਰਕੇ ਚੈੱਕ ਕਰੋ ਨਵੇਂ ਗਾਣੇ ਦਾ ਪੋਸਟਰ ਗਾਣੇ ਦੇ ਕ੍ਰੈਡਿਟ ਦੀ ਗੱਲ ਕਰੀ ਤਾਂ ਗਾਣੇ ਨੂੰ ਗਾਇਆ ਹੈ ਖੁਦ ਇੰਦਰ ਚਾਹਲ ਨੇ ਫੀਚਰਿੰਗ ਕੀਤੀ ਹੈ ਮਹੀਰਾ ਸ਼ਰਮਾ ਨੇ 뮤직 ਹੈ ਰਜਤ ਨਾਗਪਾਲ ਦਾ ਲਿਰਿਕਸ ਨੇ ਬੱਬੂ ਦੇ ਵੀਡੀਓ ਕੀਤੀ ਹੈ ਗੁਰਿੰਦਰ ਬਾਵਾ ਨੇ ਤੇ ਇਹ ਗਾਣਾ ਜਲਦੀ ਹੀ ਰਿਲੀਜ਼ ਹੋਊਗਾ ਦੇਸੀ 뮤직 ਫੈਕਟਰੀ ਦੇ ਅਫੀਸ਼ੀਅਲ ਯੂਟਿਊਬ ਚੈਨਲ ਦੇ ਉੱਤੇ ਪੋਸਟਰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇੰਦਰ ਚਾਹਲ ਦੇ ਬਾਕੀ ਰੋਮਾਂਟਿਕ ਗਾਣੇ ਵਾਂਗ ਇਹ ਗਾਣਾ ਵੀ ਤੁਹਾਨੂੰ ਸਾਰਿਆਂ ਨੂੰ ਰੋਮਾਂਟਿਕ ਕਰ ਦੂਗਾ ਤਾਂ ਫਿਰ ਇਸ ਗਾਣੇ ਲਈ ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ ਐਂਡ ਜਾਣ ਲੱਗੇ ਗੱਭਰੂ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਥੱਲੇ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਗੱਭਰੂ ਦੇ ਅਫੀਸ਼ੀਅਲ ਐਪ ਨੂੰ ਆਪਣੇ ਫੋਨ ਦੇ ਵਿੱਚ ਵੀ ਇੰਸਟਾਲ ਜ਼ਰੂਰ ਕਰਨਾ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗੱਭਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ